ओके यसारे ਪਿਆਰੇ ਫਰੈਂਡਸ ਆਪਣਾ ਫਰੈਂਡਸ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਫ ਤੇ ਸਿੱਧੀ ਗੱਲ ਨੂੰ ਸਾਫ ਤੇ ਸਿੱਧੀ ਗੱਲ ਦੇ ਵਿੱਚ ਅੱਜ ਇੱਕ ਹੋਰ ਟੌਪਿਕ ਜਿਸ ਦੇ ਨਾਲ ਮੇਰੇ ਖਿਆਲ ਨਾਲ ਤੁਹਾਡੇ ਦਿਲ ਦੇ ਵਿੱਚ ਦਰਦ ਜ਼ਰੂਰ ਹੋਵੇਗਾ ਕਿਉਂਕਿ ਇੱਕ ਉਹ ਕਹਾਣੀ ਹੈਗੀ ਹੈ ਜਿਸ ਨੇ ਪੂਰੇ ਦੇਸ਼ ਦੀ ਪੁਲਿਸ ਦਾ ਸਿਰ ਨਿਵਾ ਕੀਤਾ ਆਪਾਂ ਨੂੰ ਪਤਾ ਹੀ ਹੈ ਭਾਰਤ ਦੇਸ਼ ਦੀ ਜਿਹੜੀ ਪੁਲਿਸ ਹੈਗੀ ਹੈ ਉਹ ਕਿਸ ਤਰ੍ਹਾਂ ਦੇ ਤਸ਼ੱਦਦ ਕਰਦੀ ਹੈ ਜਾਂ ਕਰਦੀ ਆ ਰਹੀ ਹੈ ਤਾਂ ਜਾਂ ਕਿਸ ਤਰ੍ਹਾਂ ਦੇ ਤਸ਼ੱਦਦ ਉਹ ਕਰ ਰਹੀ ਹੈ ਜਾਂ ਕਰ ਸਕਦੀ ਹੈ ਜਿਸ ਤਰ੍ਹਾਂ ਉਹ ਆਪਣੀ ਐਫ ਆਈ ਆਰ ਚਾਰ ਸ਼ੀਟ ਲਿਖਦੀ ਹੈ ਅਗਰ ਸਹੀ ਮੈਨੇਜ ਪੁੱਛਿਆ ਜਾਏ ਤੇ ਉਹ ਕਿਸੇ ਲੇਖਕ ਕਿਸੇ ਤਗੜੇ ਰਾਈਟਰ ਤੋਂ ਘੱਟ ਦਾ ਕੰਮ ਨਹੀਂ ਹੈਗਾ ਕਿਉਂਕਿ ਬੜੀ ਹੀ ਸਫਾਈ ਦੇ ਨਾਲ ਉਹ ਕਿਸੇ ਵੀ ਇੱਕ ਆਮ ਇਨਸਾਨ ਦੀ ਕੋਈ ਵੀ ਝੂਠਾ ਪਰਚਾ ਕਰਕੇ ਕਿਸੇ ਵੀ ਤਰੀਕੇ ਦੀਆਂ ਉਲੰਘਣਾ ਲਗਾ ਕੇ ਉਹਦੇ ਦਫ਼ਤੋਂ 20 ਸਾਲ ਜੇਲ੍ਹ ਦੇ ਵਿੱਚ ਬੜੇ ਆਰਾਮ ਨਾਲ ਜਿੱਦਾਂ ਕਿ ਮੈਂ ਬੋਲਦਾ ਪਿਆਵਾ ਬਸ ਇਦਾਂ ਹੀ ਉਹ ਆਰਾਮ ਨਾਲ ਇੱਕ ਲਿਖ ਕੇ ਕਿਸੇ ਵੀ ਬੰਦੇ ਦੀ ਜ਼ਿੰਦਗੀ ਦੇ ਮੇਨ 20 ਸਾਲ ਦਾ ਹਿੱਸਾ ਉਹ ਖਰਾਬ ਕਰ ਸਕਦੀ ਹੈ ਫਿਕਰ ਦੀ ਆ ਰਹੀ ਹੈ ਤੇ ਕਰਦੀ ਪਤਾ ਨਹੀਂ ਹੁਣ ਰਹੇਗੀ ਕਿ ਨਹੀਂ ਰਹੇਗੀ ਮਗਰ ਇਹ ਹੁੰਦਾ ਤੇ ਆ ਹੀ ਰਿਹਾ ਇਸੇ ਤਰੀਕੇ ਨਾਲ ਜਿਹੜਾ ਹੁਣ ਅੱਜ ਤੱਕ ਕੇਸ ਹੈਗਾ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਜਦੋਂ ਤੁਸੀਂ ਇਸ ਨੂੰ ਸੁਣੋਗੇ ਤੇ ਤੁਹਾਨੂੰ ਲੱਗੇਗਾ ਕਿ ਪੁਲਿਸ ਰਾਜ ਨੂੰ ਪੁਲਿਸ ਰਾਜ ਨਹੀਂ ਕਹਿਣਾ ਗੁੰਡਾ ਰਾਜ ਕਹਿਣਾ ਪੁਲਿਸ ਦਾ ਇਸ ਤਰੀਕੇ ਦਾ ਤਸ਼ੱਦਦ ਕਿਸੇ ਦੇ ਨਾਲ ਹੋਵੇ ਇਨਸਾਨੀਅਤ ਦੀ ਰੂਹ ਕੰਬ ਜਾਂਦੀ ਹੈ ਤਾਂ ਜੋ ਇਹ ਚੀਜ਼ ਉਥੋਂ ਦੀਆਂ ਅਖਬਾਰਾਂ ਦੇ ਵਿੱਚ ਤਾਮਿਲਨਾਡੂ ਦੀਆਂ ਮੀਡੀਆ ਦੇ ਵਿੱਚ ਤੇ ਹੈਗੀਆਂ ਆ ਪਰ ਮੈਂ ਚਾਹੁੰਦਾ ਸੀ ਕਿ ਇਹ ਪੁਲਿਸ ਦਾ ਇੱਕ ਚਿਹਰਾ ਜਿਹੜਾ ਹੈਗਾ ਨਾ ਇਹ ਆਪਣੀ ਲੋਕਾਂ ਦੇ ਸਾਹਮਣੇ ਵੀ ਆਵੇ ਕਿ ਜਦੋਂ ਪੁਲਿਸ ਕਿਸੇ ਦੇ ਨਾਲ ਤਸ਼ੱਦਦ ਕਰਨ ਦੇ ਆਉਂਦੀ ਹੈ ਤੇ ਕਿੱਥੇ ਹੱਦ ਤੱਕ ਨਿਕਲ ਜਾਂਦੀ ਹੈ ਤੇ ਉਸ ਨੂੰ ਕਿਸੇ ਚੀਜ਼ ਦਾ ਡਰ ਨਹੀਂ ਰਹਿੰਦਾ ਸਭ ਅਸੂਲ ਕਾਨੂੰਨ ਨੂੰ ਛਿੱਕਿਆ ਤੇ ਟੰਕੇ ਇਹ ਗੱਲ ਹੈਗੀ ਹੈ ਤਮਨ ਅਡੂ ਦੇ ਤੂਤੀ ਕਰਨ ਵਿੱਚ ਜੋ ਕੁਝ ਵੀ ਇਹ ਹੋਇਆ ਮੈਂ ਤੁਹਾਨੂੰ ਸੁਣਾਉਂਦਾ ਰਹੇ ਹਾਂ ਤੂਤੀ ਕਰਨ ਦਾ ਇੱਕੋ ਪਰਿਵਾਰ ਜਿਸ ਦੀ ਮੋਬਾਈਲ ਦੀ ਦੁਕਾਨ ਜੈ ਰਾਜ ਤੇ ਉਸ ਦਾ ਪੁੱਤਰ ਬ੍ਰੀਕਸ ਇਹ ਲੋਕਡਾਊਨ ਦੇ ਦੌਰਾਨ ਉਹ ਆਪਣੀ ਦੁਕਾਨ ਦੇ ਵਿੱਚ ਸਨ ਤੇ ਉਹਨਾਂ ਨੂੰ ਉੱਥੇ ਇੱਕ ਇੰਸਪੈਕਟਰ ਆਪਣੀ ਗੱਡੀ ਦੇ ਵਿੱਚ ਆਪਣੇ ਸਪਈਆਂ ਦੇ ਨਾਲ ਆਂਦਾ ਜਿਸ ਦਾ ਨਾਮ ਬਾਲਾ ਕਿਸ਼ਨ ਤੇ ਹੀ ਉਸ ਨੂੰ ਕਹਿੰਦਾ ਮੈਂ ਜੈ ਰਾਜ ਦੀ ਦੁਕਾਨ ਤੇ ਜਾ ਕੇ ਕੀ ਆਪਣੀ ਮੋਬਾਈਲਾਂ ਦੀ ਦੁਕਾਨ ਦਾ ਜਿਹੜਾ ਸ਼ਟਰ ਥੱਲੇ ਫੋੜ ਦੇ ਤੇ ਜੈ ਰਾਜ ਉਸ ਸਮੇਂ ਦੁਕਾਨ ਦੇ ਕਿਤੇ ਅਗਲੇ ਹਿੱਸੇ ਜਾਂ ਪਿਛਲੇ ਹਿੱਸੇ 'ਚ ਹੋਵੇਗਾ ਉਹਦਾ ਮੁੰਡਾ ਬਿਨਿਕਸ ਜੋ ਕਿ ਉੱਥੇ ਹੀ ਸੀਗਾ ਉਹ ਕਹਿੰਦਾ ਜੀ ਠੀਕ ਹੈ ਮੈਂ ਸ਼ਟਰ ਥੱਲੇ ਫੋੜ ਦੇਣਾ ਉਹਨੇ ਚੇਰ ਨੂੰ ਉਹ ਬਾਲਾ ਕਿਸ਼ਨ ਜਿਹੜਾ ਇੰਸਪੈਕਟਰ ਆ ਉਹ ਕਹਿ ਕੇ ਚਲਾ ਜਾਂਦਾ ਵੈ ਤੇ ਉਸ ਦਾ ਪੁੱਤਰ ਜਿਹੜਾ ਸੀ ਕਿ ਉਹ ਸ਼ਟਰ ਫੁੱਟਣ ਦੀ ਤਿਆਰੀ ਕਰਦਾ ਮਗਰ ਜੈ ਰਾਜ ਸਿੰਘ ਜਦੋਂ ਆਂਦਾ ਉਹ ਕਹਿੰਦਾ ਵੀ ਪੁਲਿਸ ਵਾਲਿਆਂ ਨੇ ਤੈਨੂੰ ਕੀ ਕਿਹਾ ਉਹ ਕਹਿੰਦਾ ਕਿ ਮੈਨੂੰ ਪੁਲਿਸ ਵਾਲਿਆਂ ਨੇ ਕਿਹਾ ਵੀ ਦੁਕਾਨ ਦਾ ਸ਼ਟਰ ਥੱਲੇ ਫੁੱਟ ਦੇ ਮਗਰ ਜੈ ਰਾਜ ਕਹਿੰਦਾ ਕਿ ਸ਼ਟਰ ਫੁੱਟਣ ਦਾ ਟਾਈਮ ਇਸ ਲੋਕਡਾਊਨ ਦੌਰਾਨ ਤੇ 8 ਵਜੇ ਦਾ ਹੈਗਾ ਸ਼ਾਮ ਦਾ ਉਹ ਕਹਿੰਦਾ ਕੋਈ ਗੱਲ ਨਹੀਂ ਮਗਰ ਇਹੋ ਹੀ ਗੱਲ ਉਹਦੀ ਜਿਹੜੀ ਹੈਗੀ ਹੈ ਉਥੇ ਇੱਕ ਸਪਾਈ ਖੜਾ ਸੁਣ ਲੈਂਦਾ ਤੇ ਉਹ ਜਾ ਕੇ ਬਾਲਾਕਿਸ਼ਨ ਨੂੰ ਕਹਿੰਦਾ ਵੀ ਉਹਦੇ ਪਿਓ ਨੇ ਤੇ ਇਦਾਂ ਦੀ ਗੱਲ ਕੀਤੀ ਹੈ ਤੇ ਬਾਲਾ ਕਿਸ਼ਨ ਜਿਹੜਾ ਹੈਗਾ ਸੀ ਇਹਦੀ ਕਿਸੇ ਸਮੇਂ ਪਹਿਲੇ ਵੀ ਉਹਦੇ ਨਾਲ ਮੋਬਾਈਲ ਦੀ ਦੁਕਾਨ ਵਾਲੇ ਨਾਲ ਅੜਮਣ ਰਹੀ ਸੀ ਕਿਉਂਕਿ ਬਾਲਾ ਕਿਸ਼ਨ ਨੇ ਕੁਝ ਸਮਾਂ ਪਹਿਲੇ ਹੀ ਇਹਨੂੰ ਜੈ ਰਾਜ ਨੂੰ ਕਿਹਾ ਸੀ ਕਿ ਮੈਨੂੰ ਇੱਕ ਫ੍ਰੀ ਮੋਬਾਈਲ ਦੇ ਤੇ ਜੈ ਰਾਜ ਦੇ ਮਨਾਂ ਕਰਨ ਦੇ ਉੱਤੇ ਕੁਝ ਅਣਬਣ ਹੋਈ ਸੀ ਮਗਰ ਉਹ ਉਦਾਂ ਹੀ ਨਿਪਟ ਗਈ ਉਹ ਕੋਈ ਅੱਗੇ ਖਾਸ ਵਧੀ ਨਹੀਂ ਮਗਰ ਅੱਜ ਜਦੋਂ ਉਹਨੂੰ ਇਹ ਪਤਾ ਚੱਲਿਆ ਕਿ ਉਸ ਦੇ ਸਪਾਈ ਵੱਲੋਂ ਕਿ ਉਸ ਦੇ ਪਿਓ ਨੇ ਆ ਕੇ ਕੁਝ ਅਣਕਾਣੀ ਕੀਤੀ ਹੈ ਤਾਂ ਉਹਨੂੰ ਲੱਗਾ ਕਿ ਉਸ ਦੇ ਪਿਓ ਨੇ ਮੈਨੂੰ ਗਾਲ ਕੱਢੀ ਹੈ ਮਗਰ ਉਹ ਸ਼ਾਮ ਤੇ ਉਸਨੇ ਕੁਝ ਨਹੀਂ ਕਿਹਾ ਉਥੋਂ ਚਲਾ ਗਿਆ ਮਗਰ ਅਗਲੇ ਦਿਨ ਜਦੋਂ ਉਹ ਉਥੇ ਆਪਣੀ ਪੁਲਿਸ ਦੀ ਕਾਰ ਦੇ ਵਿੱਚ ਆਇਆ ਤੇ ਆ ਕੇ ਉਹਨੇ ਉਸ ਨੂੰ ਪੁੱਛਿਆ ਜੈ ਰਾਜ ਨੂੰ ਕਿ ਤੂੰ ਮੈਨੂੰ ਕੱਲ ਗਾਲ ਕੱਢੀ ਸੀ ਤੇ ਜੈ ਰਾਜ ਨੇ ਕਿਹਾ ਕਿ ਮੈਂ ਨਹੀਂ ਸੀ ਕੱਢੀ ਪਰ ਉਹ ਫੋਨ ਬਾਲਾ ਕਿਸ਼ਨ ਇਨਸਪੈਕਟਰ ਉਹਨੇ ਕੁਝ ਵੀ ਨਹੀਂ ਸੁਣਿਆ ਉਹਨੂੰ ਕਾਲਰ ਤੋਂ ਫੜ ਕੇ ਤੇ ਕੜੀਫਦਾ ਹੋਇਆ ਆਪਣੀ ਗੱਡੀ 'ਚ ਲੈ ਗਿਆ ਤੇ ਗੱਡੀ ਚੱਲੀ ਆ ਕੇ ਉਹ ਉਹਨੂੰ ਥਾਣੇ ਲੈ ਗਿਆ ਥਾਣੇ ਦਾ ਨਾਮ ਹੈਗਾ ਸੰਤਾਕੁਲਮ ਤੇ ਇਸ 58 ਸਾਲਾਂ ਜੈਰਾਜ ਨੂੰ ਜਦੋਂ ਉਹ ਥਾਣੇ ਲੈ ਜਾਂਦਾ ਤੇ ਉੱਥੇ ਜਾਂਦਿਆਂ ਨੂੰ ਉਹਦੀ ਕੁੱਟਮਾਰ ਸਟ੍ਰੇਟ ਵੇ ਸ਼ੁਰੂ ਕਰ ਦਿੰਦਾ ਤੇ ਇਹਨੂੰ ਜਾਂਦਿਆਂ ਨੂੰ ਵਿਨਿਕਸ ਜਿਹੜਾ ਕਿ 31 ਸਾਲਾ ਉਹਦਾ ਪੁੱਤਰ ਉਸ ਦੇ ਦੋਸਤ ਦੇਖ ਲੈਂਦੇ ਨੇ ਕਿ ਉਸ ਦੇ ਪਿਓ ਨੂੰ ਇਹ ਬਾਲਾਕਿਸ਼ਨ ਇਨਸਪੈਕਟਰ ਆਪਣੀ ਗੱਡੀ ਚ ਪਾ ਕੇ ਥਾਣੇ ਲੈ ਗਿਆ ਤੇ ਉਹ ਭੱਜੇ ਭੱਜ ਕੇ ਜਾਂਦੇ ਨੇ ਤੇ ਬਿਨਿਕਸ ਨੂੰ ਦੱਸਦੇ ਨੇ ਵੀ ਤੇਰੇ ਪਿਓ ਨੂੰ ਜਿਹੜਾ ਬਾਲਾਕਿਸ਼ਨ ਹੈਗਾ ਇਨਸਪੈਕਟਰ ਉਹ ਚੁੱਕ ਕੇ ਆਪਣੇ ਥਾਣੇ ਲੈ ਗਿਆ ਤੇ ਉਹ ਸਾਰੇ ਜਣੇ ਉਸ ਦੇ ਦੋਸਤ ਤੇ ਬਿਨਿਕਸ ਉਸ ਦਾ ਪੁੱਤਰ 31 ਸਾਲਾ ਇਹ ਦੌੜ ਕੇ ਜਾਂਦੇ ਨੇ ਥਾਣੇ ਦੇ ਵਿੱਚ ਤੇ ਥਾਣੇ ਵਿੱਚ ਜਾ ਕੇ ਕੀ ਦੇਖਦੇ ਨੇ ਕਿ ਉਸ ਦੇ ਪਿਓ ਦੀਆਂ ਚੀਕਾਂ ਦੀਆਂ ਉਸ ਨੂੰ ਆਵਾਜ਼ ਆ ਰਹੀਆਂ ਹੁੰਦੀਆਂ ਮਗਰ ਉਸ ਦੇ ਪੁੱਤਰ ਨੂੰ ਤੇ ਉਸ ਦੇ ਦੋਸਤਾਂ ਨੂੰ ਥਾਣੇ ਦੇ ਅੰਦਰ ਵੜਨ ਦੀ ਮਨਾਹੀ ਹੈ ਉਸ ਨੂੰ ਵੜਨ ਨਹੀਂ ਦਿੱਤਾ ਜਾਂਦਾ ਤੇ ਜਦੋਂ ਉਸ ਦੇ ਪਿਓ ਦੀਆਂ ਚੀਕਾਂ ਦੀ ਆਵਾਜ਼ ਹੋਰ ਵੱਜ ਜਾਂਦੀ ਹੈ ਉਹਦੇ ਕੋਲੋਂ ਨਹੀਂ ਰੁਕਿਆ ਜਾਂਦਾ ਤੇ ਉਹ ਥਾਣੇ ਦੇ ਅੰਦਰ ਵੜਦਾ ਤੇ ਅੰਦਰ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਤੁਸੀਂ ਜਿਹੜਾ ਮੋਬਾਈਲ ਲੈਣਾ ਵਾ ਉਹ ਤੁਸੀਂ ਮੇਰੇ ਕੋਲ ਲੈ ਲਓ ਆ ਫਿਰ ਦੁਕਾਨ ਵੀ ਜਿਹੜੀ ਹੈਗੀ ਆ ਅੱਗੇ ਤੋਂ ਪਹਿਲੇ ਜਿੱਦਾਂ ਵੀ ਤੁਸੀਂ ਕਹਿੰਦੇ ਉਹ ਫਮੇ ਆਹੀ ਬੰਦ ਕਰ ਦਿਆ ਕਰਾਂਗੇ ਤੇ ਜਿਸ ਤਰੀਕੇ ਨਾਲ ਵੀ ਤੁਸੀਂ ਕਹਿੰਦੇ ਹੋ ਅਸੀਂ ਅੱਗੇ ਤੋਂ ਇਦਾਂ ਨਹੀਂ ਕਰਦੇ ਤੇ ਮਗਰ ਮੇਰਾ ਪਿਓ ਬਿਮਾਰ ਹੈਗਾ ਉਸ ਨੂੰ ਛੱਡ ਦਿੱਤਾ ਜਾਵੇ ਮਗਰ ਹੁਣ ਇਹ ਗੱਲ ਦਾ ਜਿਹੜਾ ਵਰਜਨ ਹੈਗਾ ਪੁਲਿਸ ਵੱਲੋਂ ਕੁਝ ਹੋਰ ਹੈਗਾ ਪੁਲਿਸ ਕਹਿੰਦੀ ਹੈ ਕਿ ਉਸ ਦਾ ਮੁੰਡਾ ਜਿਹੜਾ ਹੈਗਾ ਉਹ ਅੰਦਰ ਆ ਕੇ ਉਸ ਨੇ ਇੰਸਪੈਕਟਰ ਦੀ ਬਾਹ ਫੜੀ ਉਸ ਨੇ ੱਤਕਾ ਮੁੱਕੀ ਕੀਤੀ ਤੇ ਫਿਰ ਉਸ ਨੇ ਇੰਸਪੈਕਟਰ ਨੇ ਦੋਸਤਾ ਨੂੰ ਉਥੋਂ ਜਾਣ ਦਿੱਤਾ ਮਗਰ ਜਿਹੜਾ ਬਿਨਿਕ ਸੀ ਉਹਨੂੰ ਵੀ ਅੰਦਰ ਹੀ ਬਿਠਾ ਲਿਆ ਹੁੰਦਾ ਕੀ ਹੈ ਅਸਲੀਅਤ ਦੇ ਵਿੱਚ ਉਸਦੇ ਦੋਸਤਾਂ ਨੂੰ ਉੱਥੋਂ ਤੱਕੇ ਮਾਰ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਉਸਦੇ ਮੁੰਡੇ ਨੂੰ ਅੰਦਰ ਬਿਠਾ ਲਿਆ ਜਾਂਦਾ ਹੈ ਤੇ ਇਹ ਟਾਈਮ ਆਫ ਸਟ੍ਰਮੇ ਸੀਗਾ ਕੁਝ 7 ਵਜੇ ਦਾ ਸ਼ਾਮ ਦੇ ਤੇ ਜਦੋਂ ਉਹਨਾਂ ਨੂੰ ਇਦਾਂ ਬਿਠਾ ਲਿਆ ਜਾਂਦਾ ਹੈ ਤੇ ਉਸਦੇ ਦੋਸਤ ਬਾਹਰ ਆਂਦੇ ਨੇ ਤੇ ਉਹ ਦੇਖਦੇ ਨੇ ਕਿ ਹੁਣ ਦੋਵਾਂ ਦੀਆਂ ਚੀਕਾਂ ਦੀਆਂ ਆਵਾਜ਼ਾਂ ਸ਼ੁਰੂ ਹੋ ਜਾਂਦੀ ਹੈ 7 ਵਜੇ ਦੀਆਂ ਆਵਾਜ਼ਾਂ ਸ਼ੁਰੂ ਹੋਈਆਂ ਚੀਕਾਂ ਦੀਆਂ ਇਹ ਜਾ ਕੇ 10 10:30 ਦੇ ਕਰੀਬ ਇਸ ਸਮੇਂ ਦੇ ਦੌਰਾਨ ਰੁਕਦੀਆਂ ਤੇ ਕੋਈ ਵੀ ਬੰਦਾ ਜਦੋਂ ਬਾਹਰ ਖਲੋ ਕੇ ਚੀਕਾਂ ਦੀ ਆਵਾਜ਼ ਸੁਣ ਰਿਹਾ ਹੋਵੇ ਤਾਂ ਹੀ ਮਹਿਸੂਸ ਕਰ ਸਕਦੇ ਹੋ ਕਿ ਉਹ ਆਪਣੇ ਆਪ ਦੇ ਵਿੱਚ ਕਿੰਨਾ ਕੁ નિਹੱਥਾ ਜਾਂ ਕਿੰਨੀ ਕੁ ਆਪਣੇ ਆਪ ਨੂੰ ਉਹ ਕਿਸ ਤਰ੍ਹਾਂ ਦਾ ਸਮਝਦਾ ਹੋਵੇਗਾ ਕਿ ਮੈਂ ਇਸ ਕਾਨੂੰਨ ਦੇ ਖਿਲਾਫ ਕੁਝ ਵੀ ਨਹੀਂ ਕਰ ਸਕਦਾ ਕਿਉਂਕਿ ਕਾਨੂੰਨ ਦੇ ਖਿਲਾਫ ਕਿਸ ਕਾਨੂੰਨ ਕੋਲ ਜਾਏ ਉਹ ਪੁੱਛਣ ਕਿ ਇਸ ਨਾਲ ਕੀ ਹੋ ਰਿਹਾ ਹੈ ਉਹ ਕਿਥੋਂ ਪੁਲਿਸ ਬੁਲਾਵੇ ਤੇ ਪੁਲਿਸ ਦੇ ਕੋਲ ਦੀ ਉਹ ਖਲੋਤਾ ਹੋਇਆ ਕਿਸ ਨੂੰ ਉਹ ਆਵਾਜ਼ ਦੇਵੇ ਉਸ ਸਮੇਂ ਕਿ ਜਿਹੜਾ ਕਿ ਉਸਦੇ ਯਾਰ ਦੋਸਤ ਉਸਦੇ ਪਿਤਾ ਨੂੰ ਉਹ ਪੁਲਿਸ ਤੋਂ ਬਚਾ ਸਕੇ ਹੁਣ ਇਹ ਆਪਣੇ ਆਪ ਚ ਇੱਕ ਸੂਚਨਮੰਗੀ ਵਾਲੀ ਗੱਲ ਹੈ ਕਿ ਜਦੋਂ ਕਿਸੇ ਤੇ ਕੋਈ ਆਫਤ ਹੁੰਦੀ ਹੈ ਤੇ ਅਸੀਂ ਲੋਕ ਪੁਲਿਸ ਨੂੰ ਸਭ ਤੋਂ ਪਹਿਲੇ ਬੁਲਾਣੇ ਆ ਪੀਪਲ ਆਫ ਸਟਰੀ ਆ ਕੇ ਮਦਦ ਕਰੀ ਫਿਰ ਆਂਡੀ ਗਵਾਂਡੀ ਹੁੰਦੇ ਨੇ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਕਿ ਅਸੀਂ ਮਗਰ ਇਸ ਜਗ੍ਹਾ ਦੇ ਉੱਤੇ ਸਥਿਤੀ ਇਹ ਸੀਗੀ ਕਿ ਪੁਲਿਸ ਵਾਲੇ ਹੀ ਖੁਦ ਉਸ ਨੂੰ ਇਸ ਕਦਰ ਕੁੱਟਦੇ ਪਏ ਸਨ ਕਿ ਉਸ ਦੀਆਂ ਚੀਕਾਂ ਬਾਹਰ ਆ ਰਹੀਆਂ ਹਨ ਉਸ ਦੇ ਰਿਸ਼ਤੇਦਾਰ ਵੀ ਜਿਹੜੇ ਸਨ ਕਿ ਉਹ ਇੱਕ ਸਮਾਂ ਬਾਅਦ ਆ ਗਏ ਮਗਰ ਇਫ ਟਾਈਮ ਤੱਕ ਅਜੇ ਰਿਸ਼ਤੇਦਾਰ ਨਹੀਂ ਸੀ ਆਏ ਕਿਉਂਕਿ 10:30 ਵਜੇ ਜਦੋਂ ਇੱਕ ਵਾਰੀ ਚੀਕਾਂ ਦੀ ਆਵਾਜ਼ ਰੁਕ ਗਈ ਤੇ ਉਹਨਾਂ ਨੂੰ ਲੱਗਾ ਕਿ ਸ਼ਾਇਦ ਹੋਣ ਇਹ ਸਾਰਾ ਕੁਝ ਰੁਕ ਗਿਆ ਵੈ ਮਗਰ ਹੁੰਦਾ ਕੀ ਹੈ ਕਿ ਜਿਹੜਾ ਬਾਲਾ ਕਿਸ਼ਨ ਹੈ ਉਹ ਕੁੱਟ-ਕੁੱਟ ਕੇ ਉਹ ਥੱਕ ਜਾਂਦਾ ਹੈ ਉਹਦੇ ਨਾਲ ਇੱਕ ਹੋਰ ਸਬ ਇਨਸਪੈਕਟਰ ਉਹ ਕੁੱਟਣਾ ਸ਼ੁਰੂ ਕਰ ਦਿੰਦਾ ਸਾਢੇ 10 ਤੋਂ ਜੋ ਹੀ 11 ਵਜਦੇ ਨੇ ਤੇ ਇੱਕ ਵਾਰ ਫਿਰ ਤੋਂ ਚੀਕਾਂ ਦੀ ਆਵਾਜ਼ ਉਹ ਪਹਿਲੇ ਨਾਲੋਂ ਵੀ 4 ਗੁਣਾ ਜ਼ਿਆਦਾ ਸ਼ੁਰੂ ਹੋ ਜਾਂਦੀ ਹੈ ਤੇ ਬਹੁਤ ਹੀ ਦਰਦਨਾਕ ਤਰੀਕੇ ਨਾਲ ਉਹ ਇਹ ਹੁਣ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੇ ਉਸ ਦੇ ਦੋਸਤ ਹਨ ਪਹਿਲੇ ਤਾਂ ਉਹਨਾਂ ਨੇ ਸਬਰ ਦਾ ਪਿਆਲਾ ਪੀ ਲਿਆ ਕਿ ਉਹ ਸੁਣਦੇ ਰਹੇ ਮਗਰ ਹੁਣ ਉਹਨਾਂ ਕੋ ਸਬਰ ਨਹੀਂ ਸੀ ਹੋ ਰਿਹਾ ਉਹ ਕਿਸੇ ਤਰੀਕੇ ਨਾਲ ਥਾਣੇ ਦੇ ਕੰਪਾਊਂਡ ਦੇ ਅੰਦਰ ਚਲੇ ਗਏ ਤੇ ਬਾਰੀ ਦੇ ਰਾਈ ਕਿਸੇ ਖਿੜਕੀ ਦੇ ਰਾਈ ਉਹਨਾਂ ਨੇ ਦੇਖਿਆ ਕਿ ਉਹਨਾਂ ਨੂੰ ਨਿਰਵਸਤਰ ਕਰਕੇ ਉਹਨਾਂ ਦੇ ਨਾਲ ਦੁਸ਼ ਵਿਹਾਰ ਤੇ ਕਈ ਤਰ੍ਹਾਂ ਦੀਆਂ ਉਹਨਾਂ ਨੂੰ ਜੋ ਵੀ ਹੈਗਾ ਤਸੀਹੇ ਤੇ ਇੰਨੀ ਕੁੱਟਮਾਰ ਕੀਤੀ ਜਾਣੀ ਹੈ ਜਿਹੜੀ ਕਿ ਅਸੀਂ ਸ਼ਾਇਦ ਇੱਥੇ ਬਿਆਨ ਨਹੀਂ ਕਰ ਸਕਦੇ ਤੇ ਇਸ ਤਰੀਕੇ ਨਾਲ ਜਦੋਂ ਉਹ ਦੇਖਦੇ ਪਏ ਸੀ ਤੇ ਪੁਲਿਸ ਵਾਲਿਆਂ ਨੇ ਦੇਖ ਲਿਆ ਕਿ ਉਹਦੇ ਦੋਸਤ ਹਜੇ ਵੀ ਉਹਨੂੰ ਅੰਦਰੋਂ ਆ ਕੇ ਦੇਖਦੇ ਰਹੇ ਫਿਰ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਉਥੋਂ ਫੇਰ ੱਟਕੇ ਮਾਰ ਕੇ ਬਾਹਰ ਕੱਢਿਆ ਤੇ ਹੁਣ ਥਾਣੇ ਦੇ 500 ਮੀਟਰ ਤੱਕ ਕੋਈ ਵੀ ਨਹੀਂ ਸੀ ਅੰਦਰ ਆ ਸਕਦਾ ਮਗਰ ਜਿਹੜੀ ਇਹ ਕੋਟਮਾਰ ਹੈਗੀ ਐ ਇਹ ਨਹੀਂ ਰੁਕੀ ਇਹ ਲਗਾਤਾਰ ਚਲਦੀ ਰਹੀ ਇਹ ਨਹੀਂ ਸਭ ਪਤਾ ਲੱਗਾ ਕਿ ਕਦੋਂ ਤੱਕ ਇਹ ਚਲਦੀ ਰਹੀ ਮਗਰ ਇਹ ਕੋਟਮਾਰ ਜਿਹੜੀ ਹੈਗੀ ਐ ਲਗਾਤਾਰ ਉਨੇ ਚਿਰ ਨੂੰ ਉਹਨਾਂ ਦੇ ਰਿਸ਼ਤੇਦਾਰ ਕਈ ਕੁਝ ਬਾਹਰ ਆ ਕੇ ਖੜੇ ਹੋ ਗਏ ਮਗਰ ਪੁਲਿਸ ਵਾਲੇ ਦੇ ਅਗੇ ਕਿਸਦਾ ਜੋਰ ਜਦੋਂ ਉਹਨੂੰ ਸਵੇਰ ਦੇ 6:36 ਦੇ ਸਮੇਂ ਦਰਮਿਆਨ ਇੱਕ ਅੰਦਰੋਂ ਕੋਈ ਪੁਲਿਸ ਵਾਲਾ ਬਾਹਰ ਆਂਦਾ ਤੇ ਆ ਕੇ ਉਹ ਬਿਨਿਕਸ ਦੇ ਦੋਸਤਾਂ ਨੂੰ ਕਹਿੰਦਾ ਕਿ ਆਪਣੀ ਨਿੱਜੀ ਗੱਡੀ ਦਾ ਇੰਤਜ਼ਾਮ ਕਰੋ ਤੇ ਤਾਂ ਜੋ ਇਹਨਾਂ ਨੂੰ ਹਸਪਤਾਲ ਲੈ ਕੇ ਜਾਣਾ ਉਹ ਪੱਜ ਦੌਰ ਦੇ ਵਿੱਚ ਨਿੱਜੀ ਕਾਰ ਦਾ ਇੰਤਜ਼ਾਮ ਕਰਦੇ ਨੇ ਕਾਰ ਆ ਜਾਂਦੀ ਐ ਤੇ ਜਦੋਂ ਉਹ ਪੁਲਿਸ ਵਾਲੇ ਉਹਨਾਂ ਨੂੰ ਬਾਹਰ ਲੈ ਕੇ ਆ ਰਹੇ ਸਨ ਤੇ ਜਦੋਂ ਉਹਨਾਂ ਦੇ ਦੋਸਤਾਂ ਨੇ ਉਹਨਾਂ ਨੂੰ ਹੱਥ ਪਾ ਕੇ ਕਾਰ ਦੇ ਅੰਦਰ ਬਿਠਾਉਣ ਦੀ ਕੋਸ਼ਿਸ਼ ਕੀਤੀ ਤੇ ਦੇਖਿਆ ਕਿ ਉਹਨਾਂ ਕੋਲ ਤੇ ਨਾ ਹਿੱਲਿਆ ਜਾ ਰਿਹਾ ਸੀ ਨਾ ਉਹ ਬੈਠਣ ਦੀ ਹਾਲਤ ਵੀ ਜਦੋਂ ਉਹਨਾਂ ਨੇ ਕਾਰ ਦੇ ਅੰਦਰ ਬਿਠਾਉਣ ਲੱਗੇ ਉਹਨਾਂ ਨੂੰ ਤੇ ਉਹਨਾਂ ਦੇ ਦੋਸਤਾਂ ਨੂੰ ਪਤਾ ਚੱਲਿਆ ਕਿ ਉਹਨਾਂ ਦੀ ਪਿੱਠ ਦਾ ਪਿਛਲਾ ਹਿੱਸਾ ਇਸ ਕਦਰ ਨਾਲ ਕਿ ਮੇਰੇ ਕੋਲ ਸ਼ਬਦ ਨਹੀਂ ਹੈਗੇ ਮੈਂ ਨਹੀਂ ਬਿਆਨ ਕਰ ਸਕਦਾ ਕਿ ਕੀ ਕਹਾਂ ਉਸ ਚੀਜ਼ ਨੂੰ ਇਸ ਕਦਰ ਨਾਲ ਉਸ ਨੂੰ ਖੁਰਦ-ਬੁਰਦ ਕਰ ਦਿੱਤਾ ਹੋਇਆ ਸੀ ਕਿ ਉਹਨਾਂ ਕੋਲ ਖੂਨ ਹੀ ਖੂਨ ਉੱਥੋਂ ਵਹਿ ਰਿਹਾ ਸੀ ਤੇ ਉਹ ਬੈਠਣ ਦੀ ਹਾਲਤ ਨਹੀਂ ਤੁਸੀਂ ਆਪ ਅਮੇਜਨ ਕਰ ਸਕਦੇ ਹੋ ਵੀ ਕਿਸ ਤਰ੍ਹਾਂ ਦੀ ਉਹ ਹਾਲਤ ਕੀਤੀ ਹੋਏਗੀ ਉਹਨਾਂ ਦੀ ਕਿ ਉਹ ਬੈਠਣ ਦੀ ਹਾਲਤ ਹੈ ਹੀ ਨਹੀਂ ਸਨ ਤੇ ਉਹਨਾਂ ਨੂੰ ਕਿਸੇ ਤਰੀਕੇ ਨਾਲ ਉਹਦੇ ਚ ਕਾਰ ਚ ਬਿਠਾ ਕੇ ਤੇ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਤੇ ਪੁਲਿਸ ਵਾਲਾ ਹਸਪਤਾਲ ਨਾਲ ਜਾਂਦਾ ਜਾਂਦੇ ਅਸੀਂ ਉਸ ਟਾਈਮ ਤੇ ਤਕਰੀਬਨ 7:00 ਵੱਜ ਚੁੱਕੇ ਹੁੰਦੇ ਨੇ ਜਦੋਂ ਹਸਪਤਾਲ ਪਹੁੰਚਦੇ ਨੇ ਤੇ ਉਥੋਂ ਦੇ ਡਾਕਟਰ ਨੂੰ ਕਹਿੰਦੇ ਨੇ ਕਿ ਇਹ ਬੰਦਿਆਂ ਦਾ ਇਲਾਜ ਕਰੋ ਤੇ ਮੈਨੂੰ ਪੁਲਿਸ ਵਾਲੇ ਦੀ ਗੱਲ ਕਰ ਰਹੀਆਂ ਪੁਲਿਸ ਵਾਲਾ ਡਾਕਟਰ ਨੂੰ ਕਹਿੰਦਾ ਕਿ ਮੈਨੂੰ ਇਹਨਾਂ ਦਾ ਫਿਟਨੈਸ ਸਰਟੀਫਿਕੇਟ ਦਿੱਤਾ ਜਾਏ ਕਿਸ ਹੱਦ ਤੱਕ ਪੁਲਸ ਗਿਰ ਸਕਦੀ ਹੈ ਇੱਕ ਤੇ ਉਹ ਬੈਠਣ ਦੀ ਹਾਲਤ ਚ ਨਹੀਂ ਹੈ ਦੂਫਰੇ ਨੰਬਰ ਦੇ ਉੱਤੇ ਉਹਨਾਂ ਦਾ ਖੂਨ ਲਗਾਤਾਰ ਵਗ ਰਿਹਾ ਤੀਸਰੇ ਨੰਬਰ ਤੇ ਉਹ ਪੁਲਸ ਵਾਲਾ ਇਹ ਵੀ ਚਾਹ ਰਿਹਾ ਹੈ ਕਿ ਫਿਟਨੈਸ ਸਟੇਟ ਕੀ ਫਿਟਨੈਸ ਸਰਟੀਫਿਕੇਟ ਮੇਰਾ ਕਹਿਣ ਤੋਂ ਮਤਲਬ ਇਹ ਹੈ ਕਿ ਇੱਕ ਬੰਦਾ ਪੂਰੀ ਤਰ੍ਹਾਂ ਫਿਟ ਹੈ ਤੇ ਡਾਕਟਰ ਇਹ ਸਰਟੀਫਿਕੇਟ ਦੇ ਦੇਵੇ ਪੁਲਸ ਵਾਲੇ ਨੂੰ ਕਿ ਇਹ ਬੰਦੇ ਪੂਰੀ ਤਰ੍ਹਾਂ ਫਿਟ ਹੈਗੇ ਨਹੀਂ ਤੁਸੀਂ ਜਿੱਥੇ ਮਰਜ਼ੀ ਲੈ ਜਾਓ ਇਹਨਾਂ ਨੂੰ ਕੋਈ ਗੱਲ ਨਹੀਂ ਡਾਕਟਰ ਜਦੋਂ ਇਸ ਚੀਜ਼ ਦੀ ਹਾਲਤ ਵੇਖਦਾ ਹੈ ਤੇ ਉਹ ਕਹਿੰਦਾ ਹੈ ਕਿ ਨਹੀਂ ਮੈਂ ਪਹਿਲੇ ਇਹਨਾਂ ਦੀ ਜਾਂਚ ਕਰਾਂਗਾ ਫਿਰ ਇਹ ਫਿਟਰ ਨੂੰ ਸਟੇਟ ਕਿੱਟ ਦਵਾਂਗਾ ਕਿਉਂਕਿ ਮੈਨੂੰ ਇਹਨਾਂ ਦੀ ਹਾਲਤ ਬਹੁਤ ਗੰਭੀਰ ਤੇ ਬਹੁਤ ਮਾੜੀ ਲੱਗ ਰਹੀ ਹੈ ਇਸ ਤਰੀਕੇ ਨਾਲ ਡਾਕਟਰ ਉਹਨਾਂ ਨੂੰ ਕਹਿ ਕੇ ਅੰਦਰ ਲੈ ਜਾਂਦਾ ਹੈ ਮਗਰ ਜਿਹੜੇ ਰਿਸ਼ਤੇਦਾਰ ਹੈ ਉਹ ਲਗਾਤਾਰ ਦੁਹਾਈ ਪਾ ਰਹੇ ਸਨ ਕਿ ਇਹਨਾਂ ਦਾ ਇਲਾਜ ਸ਼ੁਰੂ ਕੀਤਾ ਜਾਵੇ ਇਲਾਜ ਸ਼ੁਰੂ ਕੀਤਾ ਜਾਵੇ ਮਗਰ ਪੁਲਫ ਦਾ ਅਫਰ ਕੀ ਹੁੰਦਾ ਕੀ ਤੁਹਾਨੂੰ ਪਤਾ ਹੈ ਉਥੋਂ ਦੀ ਪੁਲਫ ਉਥੋਂ ਦੀ ਕਹਿਰੋ ਜਾਂ ਦੇਸ਼ਪੁਰ ਦੀ ਪੁਲਿਸ ਗਾ ਲੋ ਆਪਣੇ ਉਥੇ ਪੁਲਿਸ ਦਾ ਜਿਹੜਾ ਰਤਬਾ ਹੈ ਇਹਨਾਂ ਕੰਮਾਂ ਦੇ ਵਿੱਚ ਕੁਝ ਬਹੁਤ ਹੀ ਜ਼ਿਆਦਾ ਹੱਦ ਪਾਰ ਹੈਗਾ ਉਹ ਡਾਕਟਰ ਇਲਾਜ ਨਹੀਂ ਸ਼ੁਰੂ ਕਰ ਪੰਦਾ ਮਗਰ ਉਹ ਡਾਕਟਰ ਤਿੰਨ ਟੀਕੇ ਕੋਈ ਉਹਨਾਂ ਨੂੰ ਲਗਾ ਦਿੰਦਾ ਨਾਲ ਕੁਝ ਮੈਡੀਸਿਨ ਵਗੈਰਾ ਕਰ ਦਿੰਦਾ ਮਗਰ ਉਹਨਾਂ ਦਾ ਖੂਨ ਹੀ ਨਿਕਲਦਾ ਇਹਨਾਂ ਦੇ ਹੀ ਇੱਕ ਦੋਸਤ ਰਾਜ ਦੇ ਮੁਤਾਬਕ ਸ਼ਾ ਫੇਅਰ ਦੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਉਹਨਾਂ ਦੇ 7 ਵਾਰੀ ਉਥੇ ਜਿਹੜੀ ਕਿ ਲੁੰਗੀ ਆਪਾਂ ਕਹਿੰਦੇ ਆ ਤਾਮਿਲਨਾਡੂ ਦੇ ਵਿੱਚ ਉਹ 7 ਲੁੰਗੀਆਂ ਉਹਨਾਂ ਨੇ ਬਦਲ ਦਿੱਤੀਆਂ ਸਨ ਕਿ ਖੂਨ ਲਗਾਤਾਰ ਇੰਨਾ ਵਹਿ ਰਿਹਾ ਸੀ ਤੇ ਮਗਰ ਪੁਲਿਸ ਵਾਲਾ ਇਸ ਜਿੱਦ ਤੇ ਅੜਿਆ ਹੋਇਆ ਸੀ ਕਿ ਉਹਨਾਂ ਨੂੰ ਉਹ ਫਿਟਨੈਸ ਸਰਟੀਗੇਟ ਦੇ ਨਾਲ ਆਪਣੇ ਨਾਲ ਹੀ ਵਾਪਸ ਲੈ ਕੇ ਜਾਣਾ ਚਾਹੁੰਦਾ ਸੀ ਉਹ ਹਸਪਤਾਲ ਛੱਡਣਾ ਹੀ ਨਹੀਂ ਸੀ ਚਾਹੁੰਦਾ ਉਹਨਾਂ ਨੂੰ ਕਿ ਉਹਨਾਂ ਦਾ ਇਲਾਜ ਨਾ ਹੋ ਜਾਵੇ ਉਸ ਦਾ ਡਾਕਟਰ ਨੂੰ ਇਹ ਕਹਿਣਾ ਸੀਗਾ ਕਿ ਇਹ ਕੁਝ ਵੀ ਫੱਟਾ ਨਹੀਂ ਹੈ ਗਿਆ ਇਹ ਸਟੇ ਜਿਹੜੀ ਹੈਗੀ ਹੈ ਇਹ ਇਹਨਾਂ ਨੇ ਆਪ ਹੀ ਫੜਕ ਤੇ ਲਿਟ ਲਟ ਕੇ ਲਾਈ ਹੈ ਹੁਣ ਇਹ ਇਹੋੀ ਚੀਜ਼ ਜਿਹੜੀ ਕਿ ਮੈਂ ਸਟਾਰਟਿੰਗ ਚ ਕਿਹਾ ਸੀ ਕਿ ਪੁਲਿਸ ਆਪਣੀ ਐਫ ਆਈ ਆਰ ਨੂੰ ਚਾਰ ਸ਼ੀਟ ਨੂੰ ਇਸ ਤਰੀਕੇ ਨਾਲ ਲਿਖਦੀ ਹੈ ਕਿ ਅਗਰ ਤੁਸੀਂ ਕਿਸੇ ਰਾਈਟਰ ਜਾਂ ਲੇਖਕ ਦੇ ਨਾਲ ਇਹਨਾਂ ਦੇ ਮੁਕਾਬਲੇ ਕਰਾ ਲਓ ਮੈਂ ਗਾਰੰਟੀ ਦੇ ਕੇ ਕਹਿੰਨਾ ਇਹ ਬੜੇ ਵੱਡੇ ਇੱਕ ਸਾਹਿਤਕਾਰ ਲੇਖਕ ਕਿਸੇ ਨੂੰ ਵੀ ਮਾਤ ਦੇ ਸਕਦੇ ਨੇ ਇਨਾਂ ਦਾ ਹਰ ਸਾਲ ਇਹ ਦੇਸ਼ ਭਰ ਦੇ ਵਿੱਚੋਂ ਜੇਕਰ ਪਹਿਲਾ ਕੰਮ ਜੇਕਰ ਪਹਿਲਾ ਕੋਈ ਇਨਾਮ ਹੈਗਾ ਫਾਹਿਦ ਦੇ ਵਿੱਚ ਉਹ ਇਹਨਾਂ ਨੂੰ ਹੀ ਜਾਏਗਾ ਇਹ ਚਾਰ ਸ਼ੀਟ ਲਿਖਣ ਵਾਲਿਆਂ ਨੂੰ ਐਫ ਆਈ ਆਰ ਦਰਜ ਕਰਨ ਵਾਲਿਆਂ ਨੂੰ ਇਹ ਪੁਲਿਸ ਡਿਪਾਰਟਮੈਂਟ ਤੋਂ ਇਲਾਵਾ ਕਿਸੇ ਹੋਰ ਨੂੰ ਸ਼ਰਤੀਆ ਜਾ ਹੀ ਨਹੀਂ ਸਕਦਾ ਇਸ ਗੱਦਰ ਇਸ ਤਰੀਕੇ ਨਾਲ ਉਹ ਆਪਣੀ ਐਫ ਆਈ ਆਰ ਲਿਖ ਦਿੰਦੇ ਨੇ ਕਿ ਜੱਜ ਵੀ ਉਸ ਨੂੰ ਪੜ ਕੇ 1% ਵੀ ਇਹ ਸੋਚ ਨਹੀਂ ਪਾਉਂਦਾ ਕਿ ਇਹਦੇ ਨਾਲ ਕੀ ਕੁਝ ਅਸਲੀਅਤ ਵਾਪਰਿਆ ਹੋਵੇਗਾ ਸਿਰਫ ਉਹਨਾਂ ਦੇ ਉਹ ਪੜਨਦੇ ਹੀ ਆਪਣਾ ਨਤੀਜਾ ਬਣਾ ਲੈਂਦਾ ਉਹੋੀ ਚੀਜ਼ ਇਹਦੇ ਨਾਲ ਹੋਣ ਜਾ ਰਹੀ ਸੀ ਜਿਹੜੀ ਕਿ ਹੁਣ ਮੈਂ ਤੁਹਾਨੂੰ ਦੱਸਦਾ ਹੁਣ ਕੀ ਹੁੰਦਾ ਕਿ ਉਹ ਕਹਿੰਦਾ ਹੈ ਕਿ ਇਹਨਾਂ ਨੇ ਤੇ ਲਿਟ ਲਿਟ ਕੇ ਇਹ ਸਟਾ ਲਵਾਈਆਂ ਮੈਂ ਕਿਸੇ ਤਰੀਕੇ ਨਾਲ 10 ਵਜੇ ਦੇ ਕਰੀਬ ਜਾਂ 9:30 ਦੇ ਕਰੀਬ ਕਿਸੇ ਸਮੇ ਦੇ ਦਰਮਿਆਨ ਇਸ ਟਾਈਮ ਦਾ ਤੁਹਾਨੂੰ ਕੋਈ ਕਲੀਅਰ ਨਹੀਂ ਹੈਗਾ ਸਮੇ ਦੇ ਦਰਮਿਆਨ ਉਹ ਫਿਟਨੈਸ ਐਟੀਕੇਟ ਲੈ ਕੇ ਉਥੋਂ ਦੋਵਾਂ ਨੂੰ ਲੈ ਜਾਂਦਾ ਉਥੋਂ ਤਕਰੀਬਨ ਕੁਝ ਦੂਰੀ ਤੇ ਮਾਜਿਸਟਰੇਟ ਕੋਲ ਉਹ ਲੈ ਜਾਂਦਾ ਤੇ ਮਾਜਿਸਟਰੇਟ ਦੇ ਕੋਲ ਜਦੋਂ ਉਹਨਾਂ ਦੀ ਪੇਸ਼ੀ ਕਰਵਾਈ ਜਾਂਦੀ ਹੈ ਤੇ ਉਹਨਾਂ ਨੂੰ ਮਾਜਿਸਟਰੇਟ ਤੋਂ 50 ਮੀਟਰ ਦੀ ਦੂਰੀ ਤੇ ਹੀ ਮਾਜਿਸਟਰ ਦਾ ਸਾਹਮਣਾ ਕਰਵਾਇਆ ਜਾਂਦਾ ਤੇ ਇਹ ਵੀ ਕਿਹਾ ਗਿਆ ਕਿ ਜਦੋਂ ਉਹਨਾਂ ਦੀ ਪੇਸ਼ੀ ਕਰਵਾਈ ਗਈ ਮਾਜਿਸਟਰੇਟ ਦੇ ਸਾਹਮਣੇ ਉਹਨਾਂ ਦਾ ਰਿਮਾਂਡ ਮੰਗਿਆ ਗਿਆ ਤੇ ਮਾਜਿਸਟਰੇਟ ਨੇ 50 ਮੀਟਰ ਦੂਰੀ ਤੋਂ ਹੀ ਉਹਨਾਂ ਦਾ ਰਿਮਾਂਡ ਵੀ ਅਪਰੂਵ ਕਰ ਦਿੱਤਾ ਹੁਣ ਇੱਥੇ ਇੱਕ ਸੋਚਣ ਵਾਲੀ ਗੱਲ ਹੈ ਜਿਹੜੀ ਕਿ ਮੈਂ ਪਹਿਲੇ ਕਹੀ ਸੀ ਕਿਹੜੀਆਂ ਧਰਾਵਾਂ ਲਗਾਈਆਂ ਕਿ ਉਹਨਾਂ ਦਾ ਰਿਮਾਂਡ ਦੇ ਦਿੱਤਾ ਅਗਰ ਉਹਨਾਂ ਦੀ ਗਲਤੀ 8 ਵਜੇ ਤੋਂ ਬਾਅਦ ਦੁਕਾਨ ਖੁੱਲਣ ਦੀ ਸੀ ਤੇ ਤਦ ਵੀ ਇਹ ਕਰੋਨਾ ਦੇ ਵਿੱਚ ਕਿਸ ਕਿਸਮ ਦੀ ਉਹ ਧਾਰਾ ਲੱਗੀ ਕਿ ਉਸ ਨੂੰ 8 ਵਜੇ ਤੋਂ ਦੁਕਾਨ ਬਾਅਦ ਵਿੱਚ ਖੁੱਲੀ ਰੱਖਣ ਤੇ ਉਸ ਦਾ ਰਿਮਾਂਡ ਦਿੱਤਾ ਜਾਂਦਾ ਪਹਿਲਾ ਜੇਕਰ ਉਸਨੇ ਪੁਲਿਸ ਨੂੰ ਗਾਲ ਕੱਢੀ ਸੀ ਜਾਂ ਕੋਈ ਉਸ ਦੀ ਅਣਬਣ ਹੋਈ ਸੀ ਉਹਦੇ ਵਿੱਚ ਵੀ ਕਿਹੜੀ ਐਸੀ ਤਾਰਾ ਲੱਗੀ ਸੀ ਕਿ ਮੈਜਿਸਟਰੇਟ ਨੇ ਉਸ ਨੂੰ ਦੇਖ ਕੇ ਉਹਦਾ ਰਿਮਾਂਡ ਦੇ ਦਿੱਤਾ ਜਾਂ ਫਿਰ ਜੇਕਰ ਪੁਲਿਸ ਵਾਲੇ ਦੇ ਕਹਿਣ ਦੇ ਮੁਤਾਬਕ ਕਿ ਉਸਨੇ ਲਿੱਟ ਲਿੱਟ ਕੇ ਆਪੇ ਹੀ ਫੱਟਾ ਨਵਾਈਆਂ ਤੇ ਉਹ ਕੀ ਕੇਸ ਬਣਦਾ ਸੀ ਕਿ ਜਿਹਦੇ ਵਿੱਚ ਫਿਰ ਜੱਜ ਨੇ ਉਸ ਨੂੰ ਪੁਲਿਸ ਨੂੰ ਉਸ ਦਾ ਰਿਮਾਂਡ ਦੇ ਦਿੱਤਾ ਕਿਹੜਾ ਐਸਾ ਸ਼ਬਦ ਕਿਹੜੀ ਐਸੀ ਧਾਰਾ ਕਿਸ ਤਰੀਕੇ ਨਾਲ ਲਿਖੀ ਗਈ ਸੀ ਕਿ ਜੱਜ ਨੇ ਬਿਨਾ ਉਹਨਾਂ ਨੂੰ ਚੈੱਕ ਕੀਤਿਆਂ ਬਿਨਾ ਉਹਨਾਂ ਨੂੰ ਦੇਖਿਆ ਬਿਨਾ ਉਹ ਧਾਰਾ ਪੜਿਆਂ ਕਿਸ ਤਰੀਕੇ ਨਾਲ ਕਿਸ ਬਹਾਨੇ ਦੇ ਨਾਲ ਉਹਨਾਂ ਨੂੰ ਏ ਰਿਮਾਂਡ ਦੇ ਦਿੱਤਾ ਉਹਨਾਂ ਦਾ ਰਿਮਾਂਡ ਹੀ ਉਹਨਾਂ ਦੀ ਜ਼ਿੰਦਗੀ ਦਾ ਕਹਿ ਲੋ ਕਿ ਇੱਕ ਕਾਲ ਸਾਬਤ ਹੋਣ ਜਾ ਰਿਹਾ ਸੀ ਜਜ ਨੇ ਤੇ ਰਿਮਾਂਡ ਦੇ ਦਿੱਤਾ ਮਗਰ ਉਹਨੇ ਇਹ ਨਹੀਂ ਸੋਚਿਆ ਹੁਣ ਕਿ ਜੱਜ ਵੀ ਇਹ ਜਿਹੜਾ ਕੰਮ ਕਰਨ ਜਾ ਰਿਹਾ ਉਹਦੀ ਵੀ ਜ਼ਿੰਦਗੀ ਦਾ ਇੱਕ ਉਹ ਦਾਗ ਬਣ ਜਾਏਗਾ ਜਿਹੜਾ ਉਹਨੇ ਕਦੀ ਸੋਚਿਆ ਨਹੀਂ ਹੋਵੇਗਾ ਹੁਣ ਪੁਲਿਸ ਵਾਲੇ ਨੇ ਉਹਨਾਂ ਦਾ ਰਿਮਾਂਡ ਲੈ ਕੇ ਉਹਨਾਂ ਨੂੰ ਉੱਥੋਂ ਕੋਈ 110 ਕਿਲੋਮੀਟਰ ਦੂਰ ਜੇਲ ਜੁਡੀਸ਼ੀਅਲ ਦੇ ਵਿੱਚ ਲੈ ਕੇ ਜਾ ਰਹੇ ਸਨ ਜਿੱਥੇ ਉਹਨਾਂ ਨੂੰ ਰੱਖਿਆ ਜਾਣਾ ਸੀ ਤੇ ਜਦੋਂ ਉਹ ਲੈ ਕੇ ਜਾ ਰਹੇ ਸਨ ਤੇ ਇਸ ਤੋਂ ਪਹਿਲੇ ਬਿਨੈਕਸ ਜਿਹੜਾ 31 ਸਾਲ ਦਾ ਜੈ ਰਾਜ ਦਾ ਪੁੱਤਰ ਉਹਨੇ ਆਪਣੇ ਦੋਸਤ ਨੂੰ ਦੱਸਿਆ ਸੀ ਕਿ ਇਹ ਮੈਨੂੰ ਹੁਣ ਜਿੱਥੇ ਲੈ ਕੇ ਜਾ ਰਹੇ ਨੇ ਮੈਂ ਉੱਥੋਂ ਕਦੀ ਵਾਪਸ ਨਹੀਂ ਆਣਾ ਕਿਉਂਕਿ ਰਾਤ ਨੂੰ ਜੋ ਕੁਝ ਸਾਡੇ ਨਾਲ ਹੋਇਆ ਜੋ ਕੁਝ ਮੇਰੇ ਨਾਲ ਹੋਇਆ ਉਹਨੇ ਕਿਹਾ ਕਿ ਉਹਨੇ ਮੇਰੀ ਰੂਹ ਤੇ ਮਾਰੀ ਮਾਰੀ ਮੇਰੀ ਅੰਦਰੋਂ ਇੱਕ ਇੱਕ ਹੱਡੀ ਟੁੱਟ ਚੁੱਕੀ ਹੈ ਜੋ ਮੈਨੂੰ ਲੱਗ ਰਿਹਾ ਮੇਰਾ ਅੰਦਰੋਂ ਖੂਨ ਜਾਂ ਮਤਲਬ ਕਿ ਅੰਦਰੋਂ ਇਹ ਕਹਿ ਲਓ ਵੀ ਉਹ ਅੰਦਰੋਂ ਪੂਰੀ ਤਰ੍ਹਾਂ ਮਰ ਚੁੱਕਾ ਸੀ ਉਹਨੂੰ ਅੰਦਰੋਂ ਪਤਾ ਚੱਲ ਚੁੱਕਾ ਸੀ ਕਿ ਮੈਂ ਹੁਣ ਬਚਣ ਵਾਲਾ ਨਹੀਂ ਹੈਗਾ ਉਹਨੇ ਆਪਣੇ ਦੋਸਤਾਂ ਨੂੰ ਕਿਹਾ ਕਿ ਕਿਸੇ ਵੀ ਤਰੀਕੇ ਨਾਲ ਇਹ ਜਿਹੜੀ ਸਾਰੀ ਦਾਅਫਤਾਂ ਉਹਦੇ ਰਾਤ ਨੂੰ ਵਾਪਰੀ ਹੈ ਜਾਂ ਹੁਣ ਵਾਪਰੀ ਹੈ ਮੇਰੀ ਮਾਂ ਨੂੰ ਨਾ ਪਤਾ ਚੱਲੇ ਤੇ ਤੁਸੀਂ ਇਹ ਸਾਬ ਲਾਓ ਕਿ ਜਦੋਂ ਕਿਸੇ ਦੋਸਤ ਨੂੰ ਇਹ ਕਿਹਾ ਜਾਵੇ ਉਹਦਾ ਦੋਸਤ ਵੀ ਕਿਸ ਦੁਤੀਚ ਹੈ ਕਿ ਇਹ ਸਹਾਰਾ ਕੁਝ ਹੋ ਵੀ ਜਾਵੇ ਤਾਂ ਉਹਦੀ ਮਾਂ ਨੂੰ ਕਿਸ ਤਰੀਕੇ ਨਾਲ ਉਹ ਨਾ ਦੱਸੇ ਉਹ ਕਹਿੰਦਾ ਵੀ ਮੇਰੀ ਮਾਂ ਦਾ ਧਿਆਨ ਰੱਖਣਾ ਕਿਉਂਕਿ ਮੇਰੇ ਵੱਲੋਂ ਹੁਣ ਅਲਵਿਦਾ ਮੈਂ ਇੱਥੇ ਇਸ ਜ਼ਿੰਦਗੀ ਦੇ ਵਿੱਚ ਕਦੀ ਵਾਪਸ ਨਹੀਂ ਆ ਪਾਉਂਗਾ ਮੇਰੀ ਰੂਹ ਵੀ ਮਰ ਚੁੱਕੀ ਹੈ ਤੇ ਮੇਰਾ ਫਰੀਦ ਵੀ ਖਤਮ ਹੋ ਚੁੱਕਾ ਮਗਰ ਕਹਿੰਦਾ ਵੀ ਮੈਂ ਇੱਕ ਚੀਜ਼ ਹਜੇ ਵੀ ਇਹ ਜਾਨਣਾ ਚਾਹਨਾ ਕਿ ਪੁਲਿਸ ਵਾਲੇ ਨੇ ਮੈਨੂੰ ਕੁੱਟਿਆ ਕਿਉਂ ਮੈਂ ਤੇ ਪਿਓ ਨੂੰ ਬਚਾਣ ਲਈ ਅੰਦਰ ਗਿਆ ਸੀ ਪਿਓ ਦਾ ਤੇ ਦੋਸ਼ ਨਹੀਂ ਵੀ ਸੀ ਤੇ ਉਹਦੇ ਦਿਮਾਗ ਚ ਆਂਦਾ ਸੀ ਕਿ ਸ਼ਾਇਦ ਉਹਨੇ ਮੋਬਾਈਲ ਉਹਨੂੰ ਨਹੀਂ ਦਿੱਤਾ ਤੇ ਉਹਦਾ ਉਹ ਗੁਫਾ ਗੜ ਰਿਹਾ ਮਗਰ ਉਹ ਕਹਿੰਦਾ ਵੀ ਮੈਨੂੰ ਨਹੀਂ ਪਤਾ ਚੱਲਿਆ ਕਿ ਮੈਨੂੰ ਉਹਨੇ ਇੰਨਾ ਕਿਉਂ ਕਟਿਆ ਇਹ ਜਦੋਂ ਸ਼ਬਦ ਉਸਨੇ ਕਹੇ ਨੇ ਉਸਦੇ ਦੋਸਤ ਜਿਹਨੂੰ ਕਹਿੰਦੇ ਨੇ ਆਪਾਂ ਕੀਰਨੇ ਵੈਰਨੇ ਅੱਖਾਂ ਉਹ ਹਰ ਤਰੀਕੇ ਨਾਲ ਉਹ ਅੰਦਰ ਦੋਸਤ ਉਹਦੇ ਇਸ ਕਦਰ ਰੋ ਪਏ ਕਿ ਉਹਨਾਂ ਨੂੰ ਲੱਗਾ ਵੀ ਸ਼ਾਇਦ ਇਹ ਵਾਕਏ ਹੀ ਇਸ ਸਾਡੇ ਦੋਸਤ ਦੇ ਨਾਲ ਉਹਨਾਂ ਦੀ ਅਖੀਰਲੀ ਹੀ ਮੁਲਾਕਾਤ ਹੋਏਗੀ ਤੇ ਹੁੰਦਾ ਵੀ ਇੰਜ ਜਦੋਂ ਉਹਨਾਂ ਦੇ ਇਸ ਸਾਥੀ ਬਿਨਿਕਸ 31 ਸਾਲਾ ਤੇ ਜੈ ਰਾਜ ਪਿਓ 58 ਸਾਲਾ ਨੂੰ ਉਹ ਲੈ ਗਏ ਥਾਣੇ ਦੇ ਵਿੱਚ ਇਹ ਘਟਨਾ ਹੈਗੀ ਹੈ 21 ਤਰੀਕ ਨੂੰ ਜਦੋਂ ਉਹ ਥਾਣੇ ਚ ਲਿਆ ਜਾਂਦੇ ਨੇ ਤੇ 22 ਤਰੀਕ ਦੀ ਸ਼ਾਮ ਨੂੰ 8 ਵਜੇ ਬਿਨਿਕਸ ਦਾ ਪੇਟ ਫੁੱਲ ਜਾਂਦਾ ਹੈ ਪੇਟ ਤੇ ਚਲੋ ਪਹਿਲੇ ਹੀ ਫੁੱਲਿਆ ਹੋਵੇਗਾ ਉਹਦਾ ਜਿਹੜਾ ਕੀ ਪਿਸ਼ਾਬ ਤੇ ਹੋਰ ਸਾਰੀਆਂ ਚੀਜ਼ਾਂ ਬੰਦ ਹੋ ਜਾਂਦੀਆਂ ਤੇ ਸ਼ਾਮ ਨੂੰ 8 ਵਜੇ ਉਹ ਇਸ ਮਾਰ ਨੂੰ ਨਾ ਚੱਲਦਾ ਹੋਇਆ ਦੁਨੀਆ ਨੂੰ ਛੱਡ ਦਿੰਦਾ ਉਸ ਦੀ ਮੌਤ ਹੋ ਜਾਂਦੀ ਹੈ ਤੇ ਅਗਲੇ ਦਿਨ ਹੀ ਤਕਰੀਬਨ 23 ਤਰੀਕ ਹੋ ਚੁੱਕੀ ਹੁੰਦੀ ਹੈ ਤੇ ਸਵੇਰ ਦਾ ਕੋਈ ਇਹਨਾਂ ਦੋਵਾਂ ਦਾ 12 ਘੰਟਿਆਂ ਦਾ ਫਰਕ ਹੈਗਾ ਪਿਓ ਪੁੱਤਰ ਦਾ ਤੇ 12 ਘੰਟੇ ਬਾਅਦ ਉਹ ਪਿਓ ਵੀ ਆਪਣਾ ਉੱਥੇ ਦਮ ਤੋੜ ਦਿੰਦਾ ਤੇ ਪਿਓ ਦੀ ਵੀ ਮੋਟ ਹੋ ਜਾਂਦੀ ਹੈ ਹੁਣ ਇਸ ਚੀਜ਼ ਨੂੰ ਲੈ ਕੇ ਪੂਰੇ ਤਾਮਿਲਨਾਡੂ ਦੇ ਵਿੱਚ ਇੱਕ ਸਭ ਤੋਂ ਪਹਿਲੇ ਪੁਲਿਸ ਵਾਲਿਆਂ ਨੂੰ ਲੈ ਕੇ ਦਹਿਸ਼ਤ ਦਮ ਹੋ ਲ ਕਿ ਪੁਲਿਸ ਕੀ ਕੁਝ ਕਰ ਸਕਦੀ ਹੈ ਅਗਰ ਕਿਸੇ ਨਾਲ ਉਹ ਚਾਵੇ ਤੇ ਦੂਸਰੇ ਨੰਬਰ ਦੇ ਉੱਤੇ ਹੁਣ ਇਹ ਸਵਾਲ ਕਈ ਖੜੇ ਕਰ ਗਈ ਆਪੋਜੀਸ਼ਨ ਕੋਲ ਇੱਕ ਬੜਾ ਵੱਡਾ ਮੁੱਦਾ ਹੈ ਸਰਕਾਰ ਨੂੰ ਕੇ ਰੰਦਾ ਮੈਂ ਇਹ ਕਰਕੇ ਇਹ ਦਫਨਾ ਚਾ ਰਿਹਾ ਹਾਂ ਕਿ ਓਪੋਜੀਸ਼ਨ ਸਰਕਾਰ ਦੇ ਉੱਤੇ ਬੜੇ ਆਰਾਮ ਦੇ ਨਾਲ ਇਹ ਚੀਜ਼ਾਂ ਥੋਪ ਦਿੰਦੀ ਹੈ ਮਗਰ ਜਦੋਂ ਓਪੋਜੀਸ਼ਨ ਸਰਕਾਰ ਚ ਆਂਦੀ ਹੈ ਇਹ ਪੁਲਿਸ ਡਿਪਾਰਟਮੈਂਟ ਇੱਕ ਉਹ ਡਿਪਾਰਟਮੈਂਟ ਹੈ ਸਰਕਾਰਾਂ ਕੁਮ-ਕੁਮ ਕੇ ਆਂਦੀ ਹੈ ਇਸੇ ਨੂੰ ਹੀ ਵਰਤਦੀ ਹੈ ਇਸੇ ਪੁਲਿਸ ਵਰਣ ਇਸੇ ਕਰਕੇ ਇਹਨਾਂ ਦੇ ਦਿਲ ਐਡੇ ਵੱਡੇ ਹੋ ਜਾਂਦੇ ਨੇ ਕਿ ਇਹਨਾਂ ਨੂੰ ਕਿਸੇ ਦਾ ਦਰਦ ਮਹਿਸੂਸ ਹੀ ਨਹੀਂ ਹੁੰਦਾ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਜਿਹੜਾ ਕੁਝ ਵੀ ਸਰਕਾਰ ਰੋਲਾ ਪਾ ਰਹੀ ਹੈ ਜਾਂ ਆਪੋਜੀਸ਼ਨ ਰੋਲਾ ਪਾ ਰਹੀ ਹੈ ਇਹ ਸਿਰਫ ਸਰਕਾਰਾਂ ਦੀ ਲੜਾਈ ਹੈ ਇਹਦੇ ਵਿੱਚ ਪੁਲਿਸ ਵਾਲੇ ਨੂੰ ਕੋਈ ਨਹੀਂ ਕੁਝ ਹੋਣ ਦਿੰਦਾ ਉਹਨਾਂ ਨੂੰ ਪਤਾ ਹੈ ਵੀ ਕੱਲ ਨੂੰ 5 ਸਾਲ ਕੁ ਮੰਦ ਬਾਅਦ ਇਹੋ ਹੀ ਬੰਦੇ ਆਣੇ ਨੇ ਇਹੋ ਹੀ ਅਸੀਂ ਤੇ ਇੱਥੇ ਹੀ ਰਹਿਣਾ ਵਾ ਇਸ ਕਰਕੇ ਜਿਹੜੇ ਪੁਲਿਸ ਵਾਲਿਆਂ ਨੂੰ ਕੋਈ ਮੰਤਰੀ ਨਹੀਂ ਹੱਥ ਪਾਉਂਦਾ ਕੋਈ ਸਰਕਾਰ ਨਹੀਂ ਹੱਥ ਪਾਉਂਦੀ ਕਿਉਂਕਿ ਪੁਲਿਸ ਵਾਲੇ ਹੀ ਉਥੇ ਦੇ ਉਥੇ ਰਹਿੰਦੇ ਨੇ ਸਿਰਫ ਇਹ ਅਖਬਾਰਾਂ ਦੇ ਵਿੱਚ ਰੋਲਾ ਪਾ ਦਿੰਦੇ ਨੇ মিডিਏ ਦੇ ਵਿੱਚ ਰੋਲਾ ਪਾ ਦਿੰਦੇ ਨੇ ਕਿ ਇਹੋ ਜਿਹੇ ਬੰਦੇ ਇਹੋ ਜੇ ਕੰਮ ਨਹੀਂ ਹੋਣੇ ਚਾਹੀਦੇ ਮਗਰ ਦਿਲੋਂ ਕੋਈ ਨਹੀਂ ਇਹਨਾਂ ਨੂੰ ਚਾਹੁੰਦਾ ਕਿ ਇਹਨਾਂ ਨੂੰ ਸਜ਼ਾ ਹੋਵੇ ਇਹਨਾਂ ਦੀ ਫੋਟੋ ਫੜਾਸ਼ ਹੋਵੇ ਇਹਨਾਂ ਨੇ ਇਹ ਫਾਂਸੀ ਤੇ ਟੰਗੇ ਜਾਣ ਦਿਲੋਂ ਕੋਈ ਨਹੀਂ ਚਾਹੁੰਦਾ ਇਹ ਮਾਹੌਲ ਹੈਗਾ ਕਿਉਂਕਿ ਅਸੀਂ ਲੋਕਾਂ ਨੇ ਆਪ ਕੋ ਜਿਹੜਾ ਅਧਿਕਾਰ ਪੁਲਿਸ ਵਾਲਿਆਂ ਨੂੰ ਜਾਣੇ ਅਣਜਾਣੇ ਦੇ ਵਿੱਚ ਦੇ ਦਿੱਤੇ ਨੇ ਜਦੋਂ ਸਾਡੇ ਘਰ ਕਿਸੇ ਵੇਲੇ ਕੋਈ ਕੰਮ ਵਾਲੀ ਜਾਂ ਕੋਈ ਵੀ ਕੰਮ ਕਰਨ ਵਾਲਾ ਕੋਈ ਭਾਵੇਂ 5 ਰੁਪਏ ਦੀ ਚੋਰੀ ਜਾਂ 4 ਰੁਪਏ ਦੀ ਚੋਰੀ ਜਾਂ 5000 ਦੀ ਚੋਰੀ ਕਰ ਲੈਂਦਾ ਨਾ ਜਾਂ ਉਹਨੇ ਨਹੀਂ ਵੀ ਕੀਤੀ ਹੁੰਦੀ ਸਾਨੂੰ ਕੁਝ ਡਾਊਟ ਹੁੰਦਾ ਤੇ ਅਸੀਂ ਪੁਲਿਸ ਵਾਲੇ ਨੂੰ ਕਹਿੰਨੇ ਆ ਵੀ ਤੂੰ ਇਹਨੂੰ ਚਾਰ ਡਾਂਗਾ ਮਾਰ ਭਾਵੇਂ ਐਫ ਆਈ ਆਰ ਨਾ ਦਰਜ ਕਰ ਇਹਨੂੰ ਚਾਰ ਡਾਂਗਾ ਮਾਰੇ ਨਹੀਂ ਆਪੇ ਬੱਕ ਪੈਣਾ ਤੁਸੀਂ ਕਦੀ ਇਹ ਸੋਚਿਆ ਕਿ ਇਹੋ ਚੀਜ਼ ਪੁਲਿਸ ਨੂੰ ਹੌਸਲਾ ਦਿੰਦੀ ਹੈ ਇਹ ਕਿਪਾਫੀ ਅਸੀਂ ਇਹ ਵੀ ਕਹਿ ਦਿੰਦੇ ਆਂ ਵੀ ਐਫ ਆਈ ਆਰ ਨਾਲ ਦਰਿਉ ਨਿਸ਼ ਕੱਲੀਆਂ ਚਾਰ ਡਾਂਗਾ ਮਾਰੀ ਉਹਨਾਂ ਨੂੰ ਪਤਾ ਵੀ ਕਾਨੂੰਨ ਤੋਂ ਬਾਹਰ ਜਾ ਗਈ ਨਹੀਂ ਤੇ ਕਾਨੂੰਨ ਦੀ ਕਿਹੜੀ ਕਿਤਾਬ ਦੇ ਵਿੱਚ ਲਿਖਿਆ ਕਿ ਤੁਸੀਂ ਬਿਨਾਂ ਕਿਸੇ ਚੀਜ਼ ਦੇ ਉੱਤੇ ਫੜਕ ਤੇ ਖਲੋਕੇ ਜਾਂ ਅੱਗੇ ਪਿੱਛੇ ਕਰਕੇ ਉਹਨੂੰ ਡਾਂਗਾ ਮਾਰੋ ਉਹਦੇ ਤੇ ਪਟਾ ਮਾਰੋ ਉਹਨੂੰ ਕੁੱਟੋ ਉਹਦੇ ਤੇ 3 ਡਿਗਰੀ ਯੂਜ਼ ਕਰੋ ਕਿਹੜੀ ਕਾਨੂੰਨ ਦੀ ਐਸੀ ਕਿਤਾਬ ਹੈਗੀ ਆ ਜਿਸ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਤੁਸੀਂ ਥੱਪੜਾਂ ਦੇ ਨਾਲ ਫੜਕ ਤੇ 발 ਖਲੋ ਪੱਗਾਂ ਲਾਓ ਥਾਣੇ ਦੇ ਅੰਦਰ ਰਗੜੋ ਉਹਨੂੰ ਕਈ ਚੀਜ਼ਾਂ ਜਿਹੜੀਆਂ ਥਾਣੇ ਦੇ ਅੰਦਰ ਹੁੰਦੀਆਂ ਉਹਨਾਂ ਦੀ ਕਿਸੇ ਨਾ ਕਿਸੇ ਤਰੀਕੇ ਨਾਲ ਆਪਣੇ ਮਫਾਦ ਦੇ ਲਈ ਅਸੀਂ ਲੋਕਾਂ ਨੇ ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਇਹ ਚੀਜ਼ਾਂ ਫੋਪੀਆਂ ਆਪਣੇ ਹੱਥ ਵੱਢ ਕੇ ਦਿੱਤੇ ਨੇ ਵੀ ਤੂੰ ਕਰ ਲਵੀ ਕੋਈ ਗੱਲ ਤੇ ਇਹ ਨਹੀਂ ਆਪਾਂ ਨੂੰ ਪਤਾ ਹੁੰਦਾ ਵੀ ਜ਼ਿੰਦਗੀ ਦੇ ਕਿਸੇ ਟਾਈਮ ਦੇ ਉੱਤੇ ਉਹ ਚੀਜ਼ਾਂ ਸਾਡੇ ਨਾਲ ਵੀ ਹੋ ਸਕਦੀਆਂ ਅਸੀਂ ਵੀ ਉਹਦੇ ਵਿੱਚ ਰਗੜੇ ਚ ਆ ਜਾਂਦੇ ਹਾਂ ਜੇ ਅਸੀਂ ਨਹੀਂ ਆਹਦੇ ਸਾਡੇ ਰਿਸ਼ਤੇਦਾਰ ਆ ਆਦੇ ਸਾਡੇ ਚਾਹਣ ਵਾਲੇ ਆ ਸਕਦੇ ਨੇ ਮਗਰ ਇੱਕ ਕਿਤੇ ਨਾ ਕਿਤੇ ਅਸੀਂ ਆਪਣੇ ਹੱਥ ਵੱਡ ਕੇ ਦਿੱਤੇ ਹੋਏ ਨੇ ਸੋ ਹੁਣ ਕੀ ਹੈਗਾ ਉਸ ਜੱਜ ਦੇ ਖਿਲਾਫ ਵੀ ਇੱਕ ਬੜੀ ਵੱਡੀ ਕਾਰਵਾਈ ਹੋਣ ਜਾ ਰਹੀ ਹੈ ਜੋ ਉਮੀਦ ਕੀਤੀ ਜਾ ਰਹੀ ਹੈ ਅਗਰ ਬੜੀ ਇਮਾਨਦਾਰੀ ਦੇ ਨਾਲ ਇਸ ਸਭ ਦੀ ਇਨਕੁਆਇਰੀ ਹੋਵੇ ਸੀਆਈਡੀ ਨੇ ਇਸ ਦੀ ਇਨਕੁਆਇਰੀ ਆਪਣੇ ਹੱਥਾਂ ਵਿੱਚ ਲੈ ਲਈ ਹੈ ਮਗਰ ਦੇਖਣ ਵਾਲੀ ਗੱਲ ਇਹ ਹੈ ਕਿ ਆਪਾਂ ਨੂੰ ਪਤਾ ਹੀ ਹੈ ਵੀ ਉੱਥੇ ਇਨਕੁਆਇਰੀਆਂ ਜਿਹਦੀਆਂ ਹੁੰਦੀਆਂ ਸਰਕਾਰ ਦੀਆਂ ਮੁਹਤਾਜ ਹੁੰਦੀਆਂ ਬਹੁਤ ਕੋਈ ਇੱਕ ਇਨਕੁਆਇਰੀ ਜਿਹੜੀ ਹੋਵੇ ਕਿ ਬੜੀ ਨਿਰਪੱਖ ਇਨ ਦਾ ਮੇਨ ਟਾਈਮ ਜਿਹੜਾ ਕਿ ਉਹ ਹੋ ਜਾਵੇ ਕਿਉਂਕਿ ਆਪਾਂ ਨੂੰ ਪਤਾ ਹੀ ਹੈ 84 ਦਾ ਕਾਣ 35 ਸਾਲ 40 ਸਾਲ ਫਾਰਮੈਸੀਸਟ ਨਹੀਂ 35 ਸਾਲ 40 ਸਾਲ ਇਨਕੁਆਇਰੀਆਂ ਕਈ ਕਮਿਸ਼ਨ ਆਉਂਦੇ ਨੇ ਕਈ ਕਮਿਸ਼ਨ ਜਾਂਦੇ ਨੇ ਕਈ ਬਿੰਦੇ ਨੇ ਮਗਰ ਕੋਈ ਫਰਕ ਨਹੀਂ ਪੈਂਦਾ ਇੱਕ ਟਾਈਮ ਦੇ ਉੱਤੇ ਤੇ ਇਹ ਜਿਹੜਾ ਆਪਣਾ ਨਿਹਾ ਪਾਲਿਕਾ ਨਿਹਾ ਪਾਲਿਕਾ ਦੇ ਮੇ ਨਾਮ ਨਹੀਂ ਲੈਣਾ ਹੈ ਹੈਡਸ ਨੇ ਵੀ ਇਹ ਮੰਨ ਲਿਆ ਕਿ ਜਿਹੜਾ ਆਪਣਾ ਨਿਹਾ ਵਿਵਸਥਾ ਹੈਗੀ ਹੈ 90% ਤੇ ਕਰਪਸ਼ਨ ਇਹਦੇ ਅੰਦਰ ਹੀ ਹੈਗੀ ਹੈ ਤੇ ਫਿਰ ਆਪਾਂ ਲੋਕ ਕਿਹਦੇ ਕੋਲ ਇਨਸਾਫ ਦੀ ਉਮੀਦ ਰੱਖਦੇ ਆ ਹੁਣ ਤੁਫੀ ਲੋਕ ਸੋਚੋ ਵੀ ਫਿਊਚਰ ਦੇ ਵਿੱਚ ਤੁਸੀਂ ਕਿਸ ਤਰ੍ਹਾਂ ਦੀ ਸਰਕਾਰ ਲਿਆਣੀ ਹੈ ਕਿਸ ਤਰ੍ਹਾਂ ਦਾ ਲੋ ਐਂਡ ਆਰਡਰ ਲਿਆਣਾ ਕਿਸ ਤਰ੍ਹਾਂ ਦੇ ਤੁਸੀਂ ਨੇਤਾ ਪੈਦਾ ਕਰਨੇ ਨੇ ਜੇ ਅੱਜ ਅਸੀਂ ਸੋਚਾਂਗੇ ਨਾ ਤੇ ਸ਼ਾਇਦ ਆਉਣ ਵਾਲੇ ਕੋਈ 20 ਸਾਲਾਂ ਨੂੰ ਸਾਡੀ ਸੋਚ ਦੇ ਉੱਤੇ ਕੋਈ ਪਹਿਰਾ ਦੇਵੇ ਜੇ ਆਪਾਂ ਅੱਜ ਸੋਚਾਂਗੇ ਤੇ ਸ਼ਾਇਦ ਸ਼ਾਇਦ ਦਾ ਮਤਲਬ ਹੀ ਵੀ ਹਜੇ ਸ਼ਾਇਦ ਹੈ ਕਿ 20 ਸਾਲਾਂ ਮਗਰ ਜੇ ਆਪਾਂ ਸੋਚਾਂਗੇ ਹੀ ਨਹੀਂ ਤੇ ਇਹ ਇਦਾਂ ਹੀ ਹੋਵੇਗਾ ਅੱਜ ਕਿਸੇ ਦੀ ਵਾਰੀ ਕੱਲ ਸਾਡੀ ਵਾਰੀ ਬਸ ਇਸ ਦੇ ਨਾਲ ਹੀ ਤੁਸੀਂ ਮੈਨੂੰ ਇਜਾਜ਼ਤ ਦਿਓ ਸਾਫ਼ ਤੇ ਸਿੱਧੀ ਗੱਲ ਦੇ ਵਿੱਚ ਅੱਜ ਇੰਨਾ ਹੀ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਕਿਉਂਕਿ ਤੁਹਾਡੀ ਸਪੋਰਟ ਦੀ ਬਹੁਤ ਲੋੜ ਹੈ ਤੇ ਜਿਸ ਤਰ੍ਹਾਂ ਵੀ ਮੈਂ ਅੱਗੇ ਵੀ ਕਹਿਣਾ ਹੁੰਦਾ ਕਿ ਮੇਰੀ ਕੋਸ਼ਿਸ਼ ਹੈ ਕਿ ਹਮੇਸ਼ਾ ਹੀ ਸਾਫ਼ ਤੇ ਸਿੱਧੀ ਗੱਲ ਕਰਾਂ ਤੇ ਮੈਂ ਆਪਣੇ ਚੈਨਲ ਦੇ ਉੱਤੇ ਵੀ ਉਹਨਾਂ ਬੰਦਿਆਂ ਦੀ ਹੀ ਸਪੋਰਟ ਕਰਾਂ ਜਿਹੜੇ ਸਾਫ਼ ਤੇ ਸਿੱਧੇ ਨੇ ਜਾਣ ਤੋਂ ਪਹਿਲੇ ਮੈਂ ਇੱਕ ਚੀਜ਼ ਫੇਰ ਜ਼ਰੂਰ ਤੁਹਾਨੂੰ ਦੱਸ ਦਿਆਂ ਕਿ ਇਸ ਚੈਨਲ ਦੇ ਉੱਤੇ ਜਿਹੜੀਆਂ ਤੁਸੀਂ ਐਡਵਰਟਾਈਜ਼ ਦੇਖੋਗੇ ਉਹ ਮੇਰੀਆਂ ਚੈੱਕ ਕੀਤੀਆਂ ਹੋਈਆਂ ਉਹਨਾਂ ਬੰਦਿਆਂ ਦੇ ਉੱਤੇ ਇਤਬਾਰ ਕੀਤਾ ਹੋਇਆ ਸਿਰਫ ਉਹਨਾਂ ਹੀ ਐਡਵਰਟਾਈਜ਼ ਕਰਨ ਵਾਲਿਆਂ ਨੂੰ ਮੈਂ ਲੈਣਾ ਮੈਂ ਕੋਸ਼ਿਸ਼ ਕਰਦਾ ਵਾਂ ਕਿ ਉਹਨਾਂ ਦੀ ਜਾਂਚ ਪੜਤਾਲ ਕਰਾਂ ਤਾਂ ਜੋ ਕੱਲ ਨੂੰ ਕੋਈ ਸਟੂਡੈਂਟ ਕੋਈ ਜਣਾ ਇਹ ਨਾ ਉੱਠ ਕੇ ਕਹੇ ਕਿ ਇਹ ਚਾਲੂ ਬੰਦਿਆਂ ਦੀਆਂ ਐਡਵਰਟਾਈਜ਼ ਤੁਸੀਂ ਰੱਖੀਆਂ ਹੋਈਆਂ ਜਿਹੜੇ ਆਲਰੇਡੀ ਦੋ ਨੰਬਰ ਹੀ ਕੰਮ ਕਰਦੇ ਪਏ ਨੇ ਤੁਸੀਂ ਉਹਨਾਂ ਨੂੰ ਖੋਰ ਵਧਾਵਾ ਦਿੰਦੇ ਪਏ ਜੀ ਇਸ ਚੈਨਲ ਦੇ ਉੱਤੇ ਮੇਰੀ ਹਮੇਸ਼ਾ ਹੀ ਕੋਸ਼ਿਸ਼ ਰਹੇਗੀ ਕਿ ਸਿਰਫ ਉਹਨਾਂ ਹੀ ਬੰਦਿਆਂ ਦੀ ਐਡ ਕੀਤੀ ਜਾਵੇ ਜਿਹੜੇ ਕੀ ਵਾਕੇ ਹੀ ਲੋਕਾਂ ਦੇ ਕੰਮ ਆਣ ਜਿਨ੍ਹਾਂ ਦੀ ਪ੍ਰਫੁੱਲਤਾ ਦੇ ਨਾਲ ਲੋਕਾਂ ਦੀ ਮਦਦ ਹੋ ਸਕੇ ਜਿਨ੍ਹਾਂ ਦੇ ਵਾਅਦੇ ਨਾਲ ਲੋਕਾਂ ਦਾ ਭਲਾਈ ਦਾ ਵਾਅਦਾ ਹੋਵੇਗੀ ਮੇਰੀ ਇਹੀ ਕੋਸ਼ਿਸ਼ ਰਹੇਗੀ ਸੋ ਜਦੋਂ ਵੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਪੈਂਦੀ ਹੈ ਉਹ ਮੇਰੇ ਚੈਨਲ ਦੇ ਉੱਤੇ ਤੁਹਾਨੂੰ ਜਿਹੜੀ ਐਡ ਨਜ਼ਰ ਆਉਂਦੀ ਹੈ ਜਿਸ ਕਾਰੋਬਾਰ ਨਾਲ ਰਿਲੇਟਡ ਆਂਦੀ ਹੈ ਮੈਂ ਉਮੀਦ ਕਰਦਾ ਉਹਨਾਂ ਤੋਂ ਵੀ ਤੁਹਾਡੇ ਤੋਂ ਵੀ ਇਹ ਸਾਰਾ ਕੁਝ ਇਮਾਨਦਾਰੀ ਨਾਲ ਤੇ ਇਤਬਾਰ ਦੇ ਨਾਲ ਹੋਏਗਾ ਅਗਰ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਨਾਲ ਕੰਪਲੇਂਟ ਹੈਗੀ ਹੈ ਤੁਸੀਂ ਮੇਰੇ ਕੋਲ ਮੇਰਾ ਨੰਬਰ ਥੱਲੇ ਦਿੱਤਾ ਹੋਇਆ ਕਿਸੇ ਵੀ ਟਾਈਮ ਤੇ ਕੰਟੈਕਟ ਕਰ ਸਕਦੇ ਹੋ ਜੇ ਉਹਨਾਂ ਕੋਲੋਂ ਨਹੀਂ ਸ਼ਹਿਰ ਦੇ ਕਿਸੇ ਜਾਂ ਕਿਤੇ ਹੋਰ ਤੁਸੀਂ ਇੰਡੀਆ ਉਹ ਬਾਹਰ ਹੋ ਕਿਸੇ ਮੁਲਕ ਚੋਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਬਲਮ ਹੈਗੀ ਹੈ ਤੇ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਕੋਸ਼ਿਸ਼ ਕਰਾਂਗੇ ਅਸੀਂ ਤੁਹਾਡਾ ਮਸਲਾ ਹੱਲ ਕਰਵਾਉਣ ਦੀ ਦੇ ਲੋਕਾਂ ਦੇ ਅੱਗੇ ਜਨਤਾ ਦੀ ਕਚਹਿਰੀ ਦੇ ਵਿੱਚ ਲੈ ਕੇ ਜਾਣ ਦੀ ਤਾਂ ਜੋ ਜਿਨ੍ਹਾਂ ਨੇ ਤੁਹਾਡੇ ਨਾਲ ਵਦੀਕੀ ਕੀਤੀ ਹੈ ਉਹ ਜਨਤਾ ਦੀ ਕਚਹਿਰੀ ਦੇ ਵਿੱਚ ਖੜੇ ਹੋਣ ਤੇ ਜਿਹੜਾ ਤੁਹਾਡੇ ਨਾਲ ਤੱਕਾ ਹੋਇਆ ਉਹ ਦੁਨੀਆ ਨੂੰ ਪਤਾ ਕਰ ਚੱਲ ਸਕੇ ਕਿ ਇਹ ਉਹ ਚਿਹਰੇ ਨੇ ਜਿਹੜੇ ਕੀ ਆਪਣੇ ਹੀ ਆਪਣੇਆਂ ਨੂੰ ਮਾਰਨ ਦੇ ਪਿੱਛੇ ਹੁੰਦੇ ਨੇ ਇਸ ਦੇ ਨਾਲ ਹੀ ਦੇਖਦੇ ਰਹੋ ਆਪਣੇਆਂ ਦਾ ਆਪਣੇਆਂ ਦੇ ਲਈ ਆਪਣਾ ਫਰੰਡ ਚੱਲ ਰਾਂ ਸਖਤ ਸਦੀਕ ਉਹ ਕਿਹਨਾਂ ਦਾ ਪਿਆਰ ਕਰੇ ਜਸ